करिए गौर विचार नानक बेड़ी सच की तरिए गौर कुदरत कौन हमारी साध संग नानक जस गायो जो प्रभु की अत प्यारी जेता जियो पिंड सब तेरा तू अंतर जामी पुरख भगवान दासन दास कहे जन नानक देहा तू कराए तिया हूँ करी वख्यान जिया तू कराए तिया हूँ करी वख्यान जी सतनाम वाहिगुरु साहिब जी श्री राग महला तीजा गोविंद गुणी निधान है अंत न पाया जाय कथनी बदनी ना पाई है हम बिचों जाय सतगुरु मिले सद पै रचै आप वसै मन आय भाई रे गुरमुख बुझै कोय बिन बुझे कर्म कमावणे जन्म पदार्थ खोय रहाओ जिनी चाखिया तिनी साधु पाया बिन चाखे परम पुलाय अमृत साचा नाम है कहना कछु न जाय पीवत हू परवान पया पूरे शब्द समाय आपे दे ता पाईऐ होर करना किछु न जाय देवन वाले कै हाथ दात है गुरु द्वारै पाय जेहा कीतोन तेहा होआ जेहे कर्म कमाय जत सत संजम नाम है बिन नाम निर्मल ना हो पूरे भाग नाम मन वसै शब्द मिलावा होय नानक सहजे ही रंग वरतदा हर गुण पावै सोय पूरे भाग नाम मन वसै शब्द मिलावा होय नानक सहजे ही रंग वरतदा हर गुण पावै सोय वाहिगुरु जी का खालसा वाहिगुरु जी की फतेह। परम सत्कार योग जुगो जुग अटल
ਚਵਰ ਛੱਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏ ਮਾਨ ਸ਼ਬਦ ਅਵਤਾਰ ਪ੍ਰਗਟ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਰਾਤਰੀ ਦੇ ਦੀਵਾਨਾਂ ਵਿੱਚ ਜੁੜ ਬੈਠੇ ਸਤਸੰਗੀ ਜਨੋ ਵਡਭਾਗੇ ਹੋ ਜਿਨ੍ਹਾਂ 'ਤੇ ਸਤਿਗੁਰਾਂ ਨੇ ਕਿਰਪਾ ਕੀਤੀ ਸਤਸੰਗ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਬਾਬਾ ਕਬੀਰ ਜੀ ਦਾ ਬਚਨ ਹੈ ਕਿ ਏਕ ਘੜੀ ਆਦਿ ਘੜੀ ਆਦਿ ਹੋਂ ਤੇ ਆਦਿ ਭਗਤਨ ਸੇਤੀ ਗੋਸ਼ਟੇ ਜੋ ਕੀ ਨੇ ਸੋ ਲਾਭ। ਇੱਕ ਘੜੀ ਦਾ ਸਤਸੰਗ ਮਿਲ ਜਾਏ ਕਰੀਬਨ 24 ਕੁ ਮਿੰਟ, ਅੱਧੀ ਘੜੀ ਦਾ ਸਤਸੰਗ ਮਿਲ ਜਾਏ 12 ਕੁ ਮਿੰਟ, ਜੇ ਘੜੀ ਦੇ ਚੌਥੇ ਹਿੱਸੇ ਜਿੰਨਾ ਵੀ ਸਤਸੰਗ ਮਿਲ ਜਾਏ ਬਾਬਾ ਕਬੀਰ ਜੀ ਕਹਿੰਦੇ ਨੇ ਉਹਦਾ ਲਾਭ ਹੈ। ਏਕ ਘੜੀ ਆਦਿ ਘੜੀ ਆਦਿ ਹੁਣ ਤੇ ਆਦਿ ਭਗਤਨ ਸੇਤੀ ਗੋਸ਼ਟੇ ਜੋ ਕੀ ਨੇ ਸੋ ਲਾਭ। ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਸਤਸੰਗ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਪਾਵਨ ਸ਼ਬਦ ਦੀ ਵਿਚਾਰ ਆਰੰਭ ਤੋਂ ਪਹਿਲਾਂ ਸਮੂਹ ਸੰਗਤ ਇਕਾਗਰਤਾ ਨਾਲ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਕਰੋ ਕਿਰਪਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਭਾਈ ਰੇ ਗੁਰਮੁਖ ਬੂਝੈ ਕੋਇ, ਬਿਨ ਬੂਝੇ ਕਰਮ ਕਮਾਵਣੇ, ਜਨਮ ਪਦਾਰਥ ਖੋਇ ਰਹਾਉ। ਰਹਾਉ ਦੀ ਪੰਕਤੀ ਸ਼ਬਦ ਦਾ ਕੇਂਦਰੀ ਭਾਵ ਮੁੱਖ ਭਾਵ, ਜਿਹਦੇ ਵਿੱਚ ਮਹਾਰਾਜ ਸਾਨੂੰ ਮੁੱਖ ਤੌਰ 'ਤੇ ਜੋ ਸਮਝਾਉਣਾ ਚਾਹੁੰਦੇ ਹਨ, ਇਸ ਸ਼ਬਦ ਦੇ ਵਿੱਚ ਸਤਿਗੁਰੂ ਕੀ ਸਮਝਾਉਣਾ ਚਾਹੁੰਦੇ ਹਨ, ਉਹ ਸ਼ਬਦ ਦੇ ਰਹਾਉ ਦੀ ਪੰਕਤੀ ਵਿੱਚ ਕੇਂਦਰੀ ਭਾਵ ਮੁੱਖ ਭਾਵ, ਜਿਹਨੂੰ ਵਿਸ਼ਾ ਕਿਹਾ ਜਾਂਦਾ ਸਬਜੈਕਟ, ਤਾਂ ਸ਼ਬਦ ਦੇ ਅੰਦਰ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਇਹ ਗੱਲ ਸਮਝਾ ਰਹੇ ਹਨ ਕਿ ਭਾਈ ਰੇ ਗੁਰਮੁਖ ਬੂਝੈ ਕੋਏ। ਹੇ ਭਾਈ, ਗੁਰੂ ਦੇ ਸਨਮੁਖ ਹੋ ਕੇ ਕਿਸੇ ਵਿਰਲੇ ਨੇ ਜਾਣਨਾ ਕੀਤਾ, ਕਿਸੇ ਵਿਰਲੇ ਨੂੰ ਸਮਝ ਆਈ, ਕਿਹਨੂੰ ਆਈ, ਜਿਹਨੇ ਗੁਰੂ ਵੱਲ ਮੁੱਖ ਕੀਤਾ। ਹੁਣ ਸਵਾਲ ਪੈਦਾ ਹੋਵੇਗਾ ਵੀ ਗੁਰੂ ਵੱਲ ਤਾਂ ਆਪਾਂ ਮੁੱਖ ਕਰਕੇ ਬੈਠੇ ਵਾਂ, ਰੋਤ ਗੁਰੂ ਵੱਲ ਮੁੱਖ ਕਰਕੇ ਹੀ ਆ ਕੇ ਨਮਸਕਾਰ ਕਰਨੇ ਵਾਂ, ਪਰਿਕਰਮਾ ਕਰਨੇ ਵਾਂ, ਸੇਵਾ ਕਰਦੇ ਹਾਂ, ਪਰ ਸਤਿਗੁਰੂ ਕਹਿੰਦੇ ਨੇ ਭਾਈ ਰੇ ਗੁਰਮੁਖ ਬੂਝੈ ਕੋਏ। ਗੁਰੂ ਵੱਲ ਮੁੱਖ ਕਰਨ ਤੋਂ ਭਾਵ ਹੈ ਗੁਰੂ ਦੇ ਬਚਨ ਮੰਨਣੇ, ਗੁਰੂ ਦੇ ਉਪਦੇਸ਼ ਨੂੰ ਮੰਨਣਾ, ਜੋ ਗੁਰੂ ਸਿੱਖਿਆ ਦਿੰਦਾ ਉਸਨੂੰ ਕਮਾਉਣਾ। ਸਤਿਗੁਰੂ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜੇ ਤੇਰੇ ਸ਼ਬਦ ਨਾ ਕਰੇ ਵਿਚਾਰ।
ਜਿਹਨੇ ਤੱਕ ਸ਼ਬਦ ਦੀ ਵਿਚਾਰ ਹੁਣ ਗੁਰੂ ਵੱਲ ਮੁੱਖ ਕਰਕੇ ਅਤੇ ਅਸੀਂ ਬਹੁਤ ਸਮੇਂ ਤੋਂ ਸਤਸੰਗ ਕਰਦੇ ਹਾਂ, ਕੀਰਤਨ ਵੀ ਸੁਣਦੇ ਵਾਂ, ਕਥਾ ਵੀ ਸੁਣਦੇ ਵਾਂ, ਅਜੋਕੇ ਸਮੇਂ ਵਿੱਚ ਸੁਣਿਆ ਬਹੁਤ ਜਾ ਰਿਹਾ ਹੈ, ਸੁਣਾਇਆ ਵੀ ਬਹੁਤ ਜਾ ਰਿਹਾ ਹੈ, ਸੁਣਨ ਵਾਲੇ ਵੀ ਬਹੁਤ, ਸੁਣਾਉਣ ਵਾਲੇ ਵੀ ਬਹੁਤ, ਪਰ ਮੰਨਣ ਵਾਲੇ ਵਿਰਲੇ ਹਨ। ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰੂ ਨਾਉ, ਨੇਤਰੀ ਸਤਿਗੁਰੂ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਅੰਦਰ ਗੁਰੂ ਗੁਰੂ, ਅੰਦਰ ਗੁਰੂ ਗੁਰੂ ਚੱਲ ਰਿਹਾ ਹੈ, ਅੰਦਰ ਗੁਰੂ, ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰੂ ਨਾਉ, ਰਸਨਾ ਨਾਲ ਗੁਰੂ ਗੁਰੂ ਉਚਾਰਨ ਕਰਨਾ, ਅੱਖਾਂ ਦੇ ਨਾਲ ਗੁਰੂ ਦੇ ਦਰਸ਼ਨ ਕਰਨੇ ਅਤੇ ਕੰਨਾਂ ਦੇ ਨਾਲ ਗੁਰੂ ਦੀ ਸਿਫਤ ਸੁਣਨੀ, ਸਰਵਣੀ ਸੁਣਨਾ ਗੁਰੂ ਨਾਉ। ਪਰ ਇਹ ਅਵਸਥਾ ਕਿਹਨਾਂ ਦੀ ਹੈ? ਸਤਿਗੁਰੂ ਸੇਤੀ ਰੱਤਿਆ ਦਰਗਹਿ ਪਾਈਐ ਠਾਉ, ਜਿਹੜੇ ਗੁਰੂ ਦੀ ਰੰਗਤ ਵਿੱਚ ਰੰਗੇ ਗਏ, ਜਿਨ੍ਹਾਂ ਨੂੰ ਰੰਗ ਲੱਗ ਗਿਆ। ਹੁਣ ਇਹੋ ਜਿਹੇ ਕਿੰਨੇ ਕੁ ਨੇ? ਸਤਿਗੁਰੂ ਕਹਿੰਦੇ ਹਨ ਉਹ ਰੰਗ ਵਿੱਚ ਰੰਗੇ ਜਾਂਦੇ ਹਨ, ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ, ਜਗ ਮੈਂ ਉੱਤਮ ਕਾਢੀਐ ਵਿਰਲੇ ਕੇ ਕੇ। ਇਹੋ ਜਿਹੇ ਉੱਤਮ ਪੁਰਖ ਸੰਸਾਰ ਦੇ ਅੰਦਰ ਵਿਰਲੇ ਨੇ, ਥੋੜ੍ਹੇ ਨੇ। ਤਾਂ ਸਤਿਗੁਰੂ ਸਾਨੂੰ ਸਮਝਾ ਰਹੇ ਹਨ, ਭਾਈ ਰੇ ਗੁਰਮੁਖ ਬੁੱਝੈ ਕੋਇ, ਗੁਰੂ ਵੱਲ ਮੁੱਖ ਕਰਨਾ, ਗੁਰੂ ਦੇ ਬਚਨਾਂ ਵੱਲ ਮੁੱਖ ਕਰਨਾ। ਗੁਰਮੁਖ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਸ ਵਕਤ ਇਹ ਆਵਾਜ਼ ਦਿੱਤੀ ਹੈ ਕਿ ਕੋਈ ਗੁਰੂ ਨਾਨਕ ਨਾਮ ਲੇਵਾ ਸਿੱਖ ਉੱਠੇ, ਆਪਣਾ ਸ਼ੀਸ਼ ਪੇਟ ਕਰੇ, ਉਹਦੇ ਵਿੱਚ ਕੁਝ ਇਹੋ ਜਿਹੇ ਵੀ ਸਨ ਜਿਹੜੇ ਇਹ ਵਿਚਾਰਨ ਲੱਗ ਗਏ ਕਿ ਜੇ ਕਿਸੇ ਨੇ ਸਿਰ ਨਾ ਦਿੱਤਾ ਤਾਂ ਸਤਿਗੁਰੂ ਆਪ ਸਿਰ ਨਾ ਲੈਣ ਲੱਗ ਜਾਣ, ਅਸੀਂ ਥੋੜ੍ਹਾ ਸੁਚੇਤ ਹੋਈਏ, ਜੇ ਤੁਰਨਾ ਪਵੇ ਤਾਂ ਨਿਕਲ ਵੀ ਸਕੀਏ। ਬੇਮੁੱਖ, ਕੁਝ ਇਹੋ ਜਿਹੇ ਵੀ ਸਨ ਜਿਹੜੇ ਇਹ ਵਿਚਾਰਦੇ ਨੇ ਕਿ ਬਈ ਸਾਡਾ ਮਨ ਇੰਜ ਕਹਿੰਦਾ, ਇਹ ਠੀਕ ਨਹੀਂ, ਗੁਰੂ ਆਪਣੇ ਹੀ ਸਿੱਖਾਂ ਦਾ ਸਿਰ ਮੰਗ ਰਹੇ ਨੇ, ਕਿਉਂ ਨਾ ਹੋਵੇ ਜਾ ਕੇ ਮਾਤਾ ਗੁਜਰੀ ਜੀ ਨੂੰ ਬੇਨਤੀ ਕਰੀਏ। ਉਹ ਸਨ ਮਨ ਦੇ ਆਖੇ ਲੱਗਣ ਵਾਲੇ, ਮਨਮੁੱਖ। ਅਤੇ ਇੱਕ ਉਹ ਸਨ ਜਿਹੜੇ ਕਹਿੰਦੇ ਨੇ, ਮਹਾਰਾਜ ਹਾਂ ਤੁਹਾਡੇ ਸਿੱਖ ਅਸੀਂ ਜਾਂਦੇ ਨਹੀਂ, ਇੱਥੋਂ ਉੱਠ ਕੇ ਜਾਂਦੇ ਨਹੀਂ, ਪਰ ਸਾਡੀ ਇੰਨੀ ਜ਼ਰੂਰਤ ਨਹੀਂ ਹੋ ਪਾ ਰਹੀ ਕਿ ਅਸੀਂ ਆਪਣਾ ਸਿਰ ਭੇਟ ਕਰ ਦਈਏ, ਬੈਠੇ ਗੁਰੂ ਦੀ ਹਜ਼ੂਰੀ ਵਿੱਚ ਰਹੇ, ਗੁਰੂ ਵੱਲ ਮੁੱਖ ਕਰਕੇ ਸਨਮੁੱਖ। ਅਤੇ ਇੱਕ ਉਹ ਸਨ ਜਿਨ੍ਹਾਂ ਨੇ ਵਾਰੀ ਵਾਰੀ ਉੱਠ ਕੇ ਆਪਣਾ ਸ਼ੀਸ਼ ਭੇਟ ਕਰ ਦਿੱਤਾ, ਉਹ ਕੀ ਹੋ ਗਏ? ਉਹ ਗੁਰਮੁਖ ਹੋ ਗਏ, ਉਹ ਗੁਰੂ ਦੇ ਪਿਆਰੇ ਹੋ ਗਏ। ਤਾਂ ਜੇ ਸਤਿਗੁਰੂ ਕਹਿੰਦੇ ਹਨ ਬਈ ਇਹ ਸਮਝ ਕਿਹਨੂੰ ਆਉਂਦੀ ਹੈ? ਜਿਹੜਾ ਗੁਰੂ ਵੱਲ ਮੁੱਖ ਕਰਦਾ ਹੈ, ਜਿਹਨੇ ਇਹ ਕਰ ਲਿਆ ਵਿਚਾਰ ਬਈ ਗੁਰੂ ਨੇ ਸਿਰ ਮੰਗਿਆ, ਸਾਡਾ ਫਰਜ਼ ਹੈ ਅਸੀਂ ਗੁਰੂ ਦੇ ਸਿੱਖ ਵਾਂ, ਸਿਰ ਦੇਣਾ, ਗੁਰੂ ਨੇ ਮੰਗ ਲਿਆ। ਹੁਣ ਜਿਹੜਾ ਗੁਰੂ ਦੇ ਬਚਨ ਨੂੰ ਮੰਨ ਲਵੇ, ਗੁਰੂ ਦੇ ਹੁਕਮ ਨੂੰ ਮੰਨ ਲਵੇ, ਉਹਨੂੰ ਆਖਿਆ ਗਿਆ ਗੁਰਮੁੱਖ, ਗੁਰੂ ਵੱਲ ਮੁੱਖ, ਗੁਰੂ ਦੇ ਸ਼ਬਦ ਵੱਲ ਮੁੱਖ। ਹੁਣ ਅਸੀਂ ਅਮੂਮਨ ਕੀ ਹੁੰਦਾ ਬਈ ਗੁਰੂ ਵੱਲ ਵੀ ਮੁੱਖ ਕਰ ਲੈਂਦੇ ਹਾਂ, ਗੁਰੂ ਨੂੰ ਵੀ ਨਮਸਕਾਰ ਕਰ ਲਈ, ਹੋਰ ਵੀ ਥਾਵੇਂ ਅਸੀਂ ਜਾ ਕੇ ਨਮਸਕਾਰ ਕਰ ਲਈ, ਫਿਰ ਅਸੀਂ ਗੁਰਮੁਖ ਤਾਂ ਨਾ ਰਹੇ। ਬਈ ਗੁਰੂ ਨੂੰ ਵੀ ਨਮਸਕਾਰ ਕੀਤੀ ਹੈ, ਮੜੀਆਂ ਵੀ ਕਰ ਲਈਆਂ, ਮਸਾਣ ਵੀ ਪੂਜ ਲਏ, ਜਠੇਰੇ ਵੀ ਪੂਜ ਲਏ, ਦੇਹਦਾਰੀ ਵੀ ਪੂਜ ਲਏ, ਬੁੱਤ ਵੀ ਪੂਜ ਲਏ, ਮੂਰਤੀਆਂ ਵੀ ਪੂਜ ਲਈਆਂ। ਤਾਂ ਗੁਰਮੁਖ ਕੌਣ ਹੈ?
ਗੁਰਮੁਖ ਉਹ ਹੈ ਜਿਹੜਾ ਕੇਵਲ ਗੁਰੂ ਦੇ ਵੱਲ ਮੁੱਖ ਰੱਖਦਾ ਹੈ। ਦੀਦੀ ਇਹ ਵਿਚਾਰ ਹੁੰਦੀ ਹੈ ਤੁਹਾਡਾ ਤੁਹਾਨੂੰ ਮੁਬਾਰਕ, ਸਾਡਾ ਸਾਨੂੰ ਮੁਬਾਰਕ, ਅਤੇ ਮੇਰਾ ਗੁਰੂ ਸਮਰੱਥ ਹੈ, ਮੈਨੂੰ ਹੋਰ ਕਿਤੇ ਜਾਣ ਦੀ ਕੋਈ ਲੋੜ ਨਹੀਂ, ਮੇਰਾ ਗੁਰੂ ਸਮਰੱਥ ਹੈ। ਤਾਂ ਸਤਿਗੁਰੂ ਸਾਨੂੰ ਸਮਝਾ ਰਹੇ ਹਨ, ਗੁਰੂ ਅਮਰਦਾਸ ਮਹਾਰਾਜ ਦੇ ਬਚਨ ਨੇ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚਲੇ ਭਾਈ, ਵਿਛੜ ਚੋਟਾਂ ਖਾਵੇ। ਉਹ ਸਿੱਖ ਉਹ ਸਾਡਾ ਰਿਸ਼ਤੇਦਾਰ ਹੈ, ਸਾਡਾ ਮਿੱਤਰ ਹੈ, ਜਿਹੜਾ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ। ਆਪਣੇ ਭਾਣੇ ਜੋ ਚਲੇ ਭਾਈ, ਜਿਹੜਾ ਆਪਣੀ ਮਰਜ਼ੀ ਅਨੁਸਾਰ ਤੁਰੇ, ਵਿਛੜ ਚੋਟਾਂ ਖਾਵੇ। ਉਹ ਵਿਛੜ ਕੇ ਉਸਨੂੰ ਬਹੁਤ ਸਾਰੇ ਦੁੱਖ, ਚੋਟਾਂ, ਅਨੇਕਾਂ ਤਰ੍ਹਾਂ ਦੇ ਧੋਰੇ, ਚਿੰਤਾ, ਫਿਕਰ, ਇਹਨਾਂ ਵਿੱਚੋਂ ਲੰਘਣਾ ਪੈਂਦਾ। ਸਤਿਗੁਰੂ ਸਮਝਾ ਰਹੇ ਹਨ, ਭਾਈ ਰੇ ਗੁਰਮੁਖ ਬੂਝੇ ਕੋਏ, ਬਿਨ ਬੂਝੇ ਕਰਮ ਕਮਾਵਣੇ। ਸਮਝ ਹੀ ਨਹੀਂ ਆਈ ਕੀ ਕਰਨਾ ਹੈ, ਗੁਰੂ ਨੇ ਕੀ ਆਖਿਆ ਹੈ। ਬਿਨਾਂ ਬੁੱਧੇ ਕਰਮ ਕੀਤੀ ਜਾਣੇ, ਵੀ ਗੁਰੂ ਕੁਝ ਹੋਰ ਕਵੇ, ਅਸੀਂ ਕੁਝ ਹੋਰ ਕਰੀ ਜਾਈਏ। ਗੁਰੂ ਕਵੇ ਅੰਮ੍ਰਿਤ ਵੇਲੇ ਉੱਠੋ, ਅਸੀਂ ਕਹੀਏ ਵੀ ਹਰੇਕ ਵੇਲਾ ਅੰਮ੍ਰਿਤ ਵੇਲਾ। ਗੁਰੂ ਕਹਿੰਦਾ ਹੈ ਅੰਮ੍ਰਿਤ ਵੇਲੇ ਉੱਠੋ, ਅਸੀਂ ਕਹੇ ਨਹੀਂ। ਹੁਣ ਮਹਾਰਾਜ ਨੇ ਕਿਹਾ, ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉਠਰ ਨਾਮ 'ਤੇ ਆਵੇ। ਅਤੇ ਅਸੀਂ ਉਹ ਕਰਮ ਕਰੀਏ ਹੀ ਨਾ, ਗੁਰੂ ਕਵੇ ਉੱਠੋ ਅਸੀਂ ਉੱਠੀਏ ਹੀ ਨਾ, ਗੁਰੂ ਕਵੇ ਨਿਤਨੇਮ ਕਰ ਅਸੀਂ ਕਰੀਏ ਹੀ ਨਾ, ਗੁਰੂ ਕਵੇ ਇਹ ਰਹਿਤ ਰੱਖਣੀ ਹੈ ਅਸੀਂ ਉਹ ਰੱਖੀਏ ਹੀ ਨਾ। ਹੁਣ ਸਾਂਝ ਕਿਵੇਂ ਬਣੇਗੀ? ਵੀ ਕਿਸੇ ਨਾਲ ਵੀ ਜੇ ਸਾਂਝ ਕਰਨੀ ਹੈ, ਸਾਂਝ ਕਰਨ ਦਾ ਤਰੀਕਾ ਕੀ ਹੈ? ਵੀ ਤਰੀਕਾ ਇਹ ਵੇ ਕਿ ਜਾਂ ਤਾਂ ਤੁਸੀਂ ਉਹਦੀ ਗੱਲ ਮੰਨ ਲਓ ਜਾਂ ਉਹ ਤੁਹਾਡੀ ਮੰਨ ਲਵੇ। ਜੇ ਅਸੀਂ ਗੁਰੂ ਨਾਲ ਸਾਂਝ ਕਰਨੀ ਹੈ, ਹੁਣ ਜਿਹੜਾ ਬਚਨ ਗੁਰੂ ਆਖੇ ਸਿੱਖ ਮੰਨ ਲਵੇ, ਜਾਂ ਜਿਹੜੀ ਗੱਲ ਸਿੱਖ ਕਵੇ ਗੁਰੂ ਮੰਨ ਲਵੇ, ਤਾਂ ਸਾਂਝ ਹੋ ਜਾਏਗੀ ਨਾ। ਅਤੇ ਸਿੱਖ ਗੁਰੂ ਦੀ ਗੱਲ ਮੰਨੇ ਨਾ, ਗੁਰੂ ਸਿੱਖ ਦੀ ਗੱਲ ਮੰਨੇ ਨਾ, ਫਿਰ ਸਾਂਝ ਕਿਵੇਂ ਹੋਵੇਗੀ? ਤਾਂ ਸਿੱਖ ਉਹ ਹੀ ਹੈ ਜਿਹੜਾ ਗੁਰੂ ਦਾ ਬਚਨ ਮੰਨ ਲੈਂਦਾ। ਨਮਸਕਾਰ ਕਰਨ ਦਾ ਭਾਵ ਇਹੀ ਹੈ ਕਿ ਅਸੀਂ ਗੁਰੂ ਦੇ ਚਰਨਾਂ 'ਚ ਮੱਥਾ ਟੇਕ ਰਹੇ ਹਾਂ, ਤਾਂ ਇਹਦਾ ਭਾਵ ਇਹ ਹੈ ਕਿ ਅਸੀਂ ਆਪਣੀ ਮੱਤ ਗੁਰੂ ਦੇ ਚਰਨਾਂ ਵਿੱਚ ਰੱਖ ਦਿੱਤੀ ਹੈ। ਮੇਰੀ ਮੱਤ ਥੋੜ੍ਹੀ ਰਾਮ, ਮੈਂ ਥੋੜ੍ਹੀ ਮੱਤ ਵਾਲਾ ਵਾਂ, ਮੈਂ ਆਪਣੀ ਮੱਤ ਗੁਰੂ ਦੇ ਚਰਨਾਂ 'ਚ ਰੱਖ ਦਿੱਤੀ ਹੈ। ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਜੀ, ਕਿਰਪਾ ਕਰੋ, ਸਾਨੂੰ ਆਪਣੀ ਮੱਤ ਦਿਓ। ਰੋਜ਼ ਬੇਨਤੀ ਕਰਦੇ ਹਾਂ ਨਾ ਅਰਦਾਸ ਦੇ ਵਿੱਚ ਕਿ ਸਿੱਖਾਂ ਦਾ ਮਨ ਨੀਵਾਂ, ਮੱਤ ਉੱਤੀ। ਮੱਤ ਦਾ ਰਾਖਾ ਆਪ ਵਾਹਿਗੁਰੂ, ਮੱਤ ਦੇਣ ਵਾਲਾ ਤਾਂ ਆਪ ਨਿਰੰਕਾਰ ਹੈ ਨਾ। ਮੱਤ ਥੋੜ੍ਹੀ ਹੋਵੇ, ਥੋੜ੍ਹੀ ਮੱਤ ਹੋਵੇ, ਬੰਦਾ ਧਨ ਗਵਾ ਬੈਠਦਾ ਹੈ। ਮੱਤ ਥੋੜ੍ਹੀ ਹੋਵੇ, ਇੱਜ਼ਤ ਗਵਾ ਬੈਠਦਾ ਹੈ। ਮੱਤ ਥੋੜ੍ਹੀ ਹੋਵੇ, ਸੇਵਾ ਵੀ ਅਜਾਈ ਚਲੀ ਜਾਂਦੀ ਹੈ। ਮੱਤ ਥੋੜ੍ਹੀ ਹੈ, ਸੇਵਾ ਵੀ ਵਿਅਰਥ ਚਲੀ ਗਈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕ ਰਿੱਛ ਵਾਲੇ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ, ਆਖਿਆ ਮਹਾਰਾਜ ਜੀ ਨਵਾਂ ਰਿੱਛ ਲੈ ਕੇ ਆਇਆ ਵਾਂ, ਅਤੇ ਇਹਦਾ ਪਹਿਲਾ ਤਮਾਸ਼ਾ ਆਪ ਜੀ ਨੂੰ ਵਿਖਾਉਣਾ ਚਾਹੁੰਦਾ। ਪਰ ਸਿੱਖ ਦਾ ਫਰਜ਼ ਹੈ ਕਿ ਕੀਤਾ ਲੋੜੀਏ ਕੰਮ ਸਵਰ ਪੈ ਆਖੀਏ। ਕੋਈ ਕੰਮ ਸ਼ੁਰੂ ਕਰੇ ਪਹਿਲਾਂ ਬੇਨਤੀ ਕਰੇ ਗੁਰੂ ਦੇ ਚਰਨਾਂ, ਪਹਿਲਾ ਤਮਾਸ਼ਾ ਸਤਿਗੁਰੂ ਜੀ ਮੈਂ ਆਪ ਜੀ ਨੂੰ ਵਿਖਾਉਣਾ ਹੈ। ਬਾਹਰ ਪੰਡਾਲ ਸੱਜ ਗਿਆ, ਸੰਗਤਾਂ ਚਾਰੋਂ ਤਰਫੋਂ ਖੜੀਆਂ ਸਨ। ਗੁਰੂ ਪਾਤਸ਼ਾਹ ਤਖ਼ਤ 'ਤੇ ਸੁਸ਼ੋਭਿਤ ਨੇ ਭਾਈ ਕੀਰਤੀਆ ਚੌਵਰ ਦੀ ਸੇਵਾ ਕਰ ਰਿਹਾ ਸੀ। ਰਿੱਛ ਵਾਲੇ ਨੇ ਤਮਾਸ਼ਾ ਆਰੰਭ ਕੀਤਾ। ਰਿੱਛ ਦੇ ਤਮਾਸ਼ੇ ਵੇਖ ਕੇ ਸੰਗਤਾਂ ਖਿੜਖਿੜਾ ਕੇ ਹੱਸ ਰਹੀਆਂ ਸਨ।
ਭਾਈ ਕੀਰਤੀਆ ਇੰਨੀ ਜ਼ੋਰ ਦਾ ਹੱਸਿਆ ਕਿ ਉਹਦੇ ਹੱਥੋਂ ਚਵਰ ਡਿੱਗ ਪਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਮਾਸ਼ਾ ਬੰਦ ਕਰਾ ਦਿੱਤਾ। ਮਹਾਰਾਜ ਕਹਿਣ ਲੱਗੇ, ਭਾਈ ਕੀਰਤੀਆ ਤੂੰ ਇੰਨੇ ਜ਼ੋਰ ਦਾ ਹੱਸਿਆ ਵੇ, ਤੈਨੂੰ ਇਹ ਵੀ ਸੁਚੇਤਤਾ ਨਹੀਂ ਰਹੀ ਬਈ ਚਵਰ ਵੀ ਤੇਰੇ ਹੱਥੋਂ ਡਿੱਗ ਪਿਆ ਵੇ, ਤੂੰ ਇਹਨੂੰ ਜਾਣਨਾ ਵੇ? ਕਹਿੰਦਾ, ਮੈਂ ਤਾਂ ਇੰਨਾ ਹੀ ਜਾਣਨਾ ਵਾਂ ਕਿ ਇਹ ਰਿੱਛ ਵਾਲਾ ਹੈ ਅਤੇ ਇਹ ਰਿੱਛ ਹੈ। ਸਤਿਗੁਰੂ ਕਹਿੰਦੇ ਹਨ, ਨਹੀਂ, ਇਹ ਤੇਰਾ ਪਿਤਾ ਭਾਈ ਸੋਭਾ ਰਾਮ ਹੈ। ਇਹ ਤੇਰਾ ਪਿਤਾ ਵੇ ਭਾਈ ਸੋਭਾ ਰਾਮ। ਭਾਈ ਕੀਰਤੀਆ ਕਹਿਣ ਲੱਗਾ, ਮਹਾਰਾਜ ਮੇਰਾ ਪਿਤਾ ਭਾਈ ਸੋਭਾ ਰਾਮ ਰਿੱਛ ਦੀ ਜੋਨੀ ਵਿੱਚ ਆਇਆ ਵੇ, ਉਹਦੀ ਸੇਵਾ ਕਰਦਾ ਸੀ। ਸਤਿਗੁਰੂ ਕਹਿੰਦੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਤੇਰਾ ਪਿਤਾ ਸੇਵਾ ਕਰਦਾ ਸੀ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਬੜੀ ਪਵਿੱਤਰ ਸੇਵਾ ਕਰਦਾ ਸੀ ਦੇਗ ਵਰਤਾਉਣ ਦੀ, ਪਰ ਤੇਰੇ ਪਿਤਾ ਦਾ ਸੁਭਾਅ ਜਿਹੜਾ ਵੇ ਨਾ, ਉਹ ਬੜਾ ਸਖਤ ਸੀ, ਕੋੜੇ ਬੋਲ ਬੋਲਦਾ ਸੀ। ਇੱਕ ਸਿੱਖ ਆਇਆ, ਉਹਨੇ ਕਿਹਾ, ਤੇਰੇ ਪਿਤਾ ਨੂੰ ਪ੍ਰਸ਼ਾਦ ਮੈਨੂੰ ਪਹਿਲਾਂ ਦੇ ਦੇ, ਮੇਰੇ ਬਾਹਰ ਖੋਤੇ ਗੱਡੇ ਖੜ੍ਹੇ ਨੇ, ਉਹਨਾਂ ਨੇ ਨਿਕਲ ਜਾਣਾ, ਤੂੰ ਪ੍ਰਸ਼ਾਦ ਪਹਿਲਾਂ ਮੈਨੂੰ ਦੇ। ਤੇਰੇ ਪਿਤਾ ਨੇ ਪ੍ਰਸ਼ਾਦ ਦਿੱਤਾ ਨਾ। ਦੂਜੀ ਵਾਰ ਕਿਹਾ ਵੇ, ਫਿਰ ਨਹੀਂ ਦਿੱਤਾ। ਤੀਜੀ ਵਾਰ ਜਦੋਂ ਕਿਹਾ ਵੇ, ਤੇਰਾ ਪਿਤਾ ਕਹਿਣ ਲੱਗਾ, ਕਿਉਂ ਰਿੱਛ ਵਾਂਗ ਨੱਚਦਾ ਪਿਆ ਹੈ, ਕਿਉਂ ਰਿੱਛ ਵਾਂਗ ਨੱਚ ਰਿਹਾ ਹੈ? ਉਹ ਸੱਚੀ ਸੁੱਚੀ ਨੇਕ ਕਿਰਤ ਕਰਨ ਵਾਲਾ, ਕਮਾਈ ਵਾਲਾ, ਨਿਤਨੇਮੀ ਗੁਰਸਿੱਖ ਸੀ, ਉਹਦੇ ਮੁੱਖ ਤੋਂ ਬਚਨ ਨਿਕਲੇ, ਰਿੱਛ ਬਣੇ ਤੂੰ। ਇਹ ਆਖ ਕੇ ਭੋਏ 'ਤੇ ਡਿੱਗਿਆ ਹੋਇਆ ਕਿਨਕਾ ਉਸਨੇ ਰਸਨਾ ਨੂੰ ਲਾਇਆ ਅਤੇ ਉਹ ਤੁਰ ਗਿਆ, ਪਰ ਤੇਰੇ ਪਿਤਾ ਨੂੰ ਰਿੱਛ ਦੀ ਜੋਨੀ ਵਿੱਚੋਂ ਲੰਘਣਾ ਪਿਆ ਹੈ। ਥੋੜ੍ਹੀ ਮਤ ਹੋਵੇ ਬੰਦਾ ਧਨ ਗਵਾ ਬੈਠਦਾ, ਮਤ ਥੋੜ੍ਹੀ ਹੋਵੇ ਇੱਜ਼ਤ ਗਵਾ ਬੈਠਦਾ, ਮਤ ਥੋੜ੍ਹੀ ਹੋਵੇ ਸੇਵਾ ਵੀ ਗਵਾ ਬੈਠਦਾ ਹੈ। ਸਤਿਗੁਰੂ ਬਾਣੀ ਸਮਝਾਉਂਦੇ ਹਨ, ਮਤ ਥੋੜ੍ਹੀ ਸੇਵ ਗਵਾਈ ਹੈ, ਥੋੜ੍ਹੀ ਮਤ ਕਰਕੇ। ਤਾਂ ਸਤਿਗੁਰੂ ਸਾਨੂੰ ਸਮਝਾ ਰਹੇ ਨੇ, ਅਸੀਂ ਬਹੁਤ ਸਾਰੇ ਕਰਮ ਕਰੀ ਜਾ ਰਹੇ ਹਾਂ, ਬਿਨ ਬੁੱਝੇ ਕਰਮ ਕਮਾਵਣੇ। ਜੇ ਸਮਝ ਹੀ ਨਹੀਂ ਆਈ, ਜੇ ਸਮਝ ਹੀ ਨਹੀਂ ਆਈ, ਜੋ ਕਰਨਾ ਸੀ ਉਹ ਕੀਤਾ ਹੀ ਨਹੀਂ, ਜਿਹੜਾ ਕਰਨ ਵਾਲਾ ਕੰਮ ਸੀ ਉਹ ਨਹੀਂ ਕੀਤਾ, ਜਿਹੜਾ ਨਹੀਂ ਸੀ ਕਰਨਾ ਉਹ ਅਸੀਂ ਕਰੀ ਗਏ। ਮਨਮਤ ਨੂੰ ਗੁਰਮਤ ਸਮਝ ਬੈਠੇ, ਗੁਰਮਤ ਨੂੰ ਮਨਮਤ ਸਮਝ ਬੈਠੇ, ਅਤੇ ਹੋਇਆ ਕੀ ਕਿ ਅਸੀਂ ਆਪਣਾ ਜਨਮ ਜਿਹੜਾ ਸੀ ਏਡਾ ਕੀਮਤੀ, ਉਹ ਵਿਅਰਥ ਗਵਾ ਦਿੱਤਾ। ਉਹ ਸਮਾਂ ਮਨਮਤ ਦੇ ਵਿੱਚ ਹੀ ਲੰਘ ਗਿਆ। ਗੁਰੂ ਨੇ ਕਿਹਾ ਸੀ ਇਹ ਨਹੀਂ ਕਰਨਾ, ਅਸੀਂ ਉਹੀ ਕਰਨ ਲੱਗ ਗਏ। ਗੁਰੂ ਨੇ ਕਿਹਾ ਸੀ ਮਾਂ ਬਾਪ ਦੀ ਸੇਵਾ ਕਰਨੀ ਹੈ ਭਲਿਆ ਜਿਉਂਦਿਆਂ ਕਰ, ਅਸੀਂ ਪਿੱਛੇ ਸ਼ਰਾਧ ਕਰਨੇ ਸ਼ੁਰੂ ਕਰ ਦਿੱਤੇ। ਗੁਰੂ ਨੇ ਸਾਨੂੰ ਜਿਹੜੇ ਕੰਮਾਂ ਤੋਂ ਰੋਕਿਆ, ਅਸੀਂ ਉਹੀ ਕਰਨ ਲੱਗ ਗਏ। ਜੀਵਤ ਪਿੱਤਰ ਨਾ ਮਾਨੈ ਕੋ ਮੋ ਸ਼ਰਾਧ ਕਰਾਈ, ਪਿੱਤਰ ਵੀ ਵਪਰੇ ਕੋ ਕਿਉਂ ਪਾਵੈ, ਕਊਆ ਕੁੱਕਰ ਖਾਈ। ਮਾਂ ਬਾਪ ਤੱਕ ਤਾਂ ਨਹੀਂ ਅਪੜਿਆ, ਪਰ ਰਾਹ ਦੇ ਵਿੱਚ ਕਾਂ ਕੁੱਕਰ ਜਿਹੜੇ ਹਨ ਉਹ ਖਾ ਗਏ। ਕਿਉਂ ਕੀਤਾ ਅਸੀਂ? ਕਿਉਂਕਿ ਸਾਨੂੰ ਸਮਝ ਨਹੀਂ ਸੀ। ਅਸੀਂ ਜੋ ਕਰਮ ਕਰਨੇ ਸਨ ਉਹ ਕਰਮ ਨਹੀਂ ਕੀਤੇ, ਹੋਰ ਹੋਰ ਕਰਮ ਅਸੀਂ ਕਰੀ ਗਏ, ਅਤੇ ਉਹਨਾਂ ਦੇ ਵਿੱਚ ਜਿਹੜਾ ਵੇ ਅਸੀਂ ਇੰਨੇ ਉਲਝ ਗਏ ਕਿ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੁੱਟ। ਕਰਨਾ ਕੀ ਸੀ? ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੁੱਟ। ਕਰਨਾ ਸੀ ਵਾਸ਼ਨਾ ਰਹਿਤ ਹੋ ਕੇ ਉਸ ਪਰਮਾਤਮਾ ਦੀ ਸਿਫਤ। ਕੀ ਕਰਨਾ ਸੀ? ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਉਹਦੀ ਸਿਫਤ ਕਰਨੀ ਸੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਸ ਪਰਮਾਤਮਾ ਦੀ ਸਿਫਤ ਕਰਨੀ ਸੀ, ਉਹ ਕੰਮ ਕੀਤਾ ਹੀ ਨਹੀਂ। ਜਿਹੜਾ ਕਰਨ ਵਾਲਾ ਕੰਮ ਸੀ ਉਹ ਨਹੀਂ ਕੀਤਾ। ਤਾਂ ਮਹਾਰਾਜ ਕਹਿੰਦੇ ਨੇ ਕਿ ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਕੀਰਤਨ ਕੀਰਤ ਪਲੱਸ ਤਨ, ਦੋ ਅੱਖਰਾਂ ਦਾ ਸੁਮੇਲ ਹੈ। ਕੀਰਤ ਪਰਮਾਤਮਾ ਦੀ ਸਿਫਤ ਕਰਨੀ, ਆ ਮਨੁੱਖਾ ਸਰੀਰ ਮਿਲਿਆ ਇਹਦੇ ਰਾਹੀਂ ਉਹਦੀ ਸਿਫਤ ਵਿੱਚ ਜੁੜਨਾ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੁੱਟੇ। ਉਹ ਨਿਮਖ ਸਾਡੇ ਜੀਵਨ ਵਿੱਚ ਨਹੀਂ ਆਇਆ, ਉਸ ਨਿਮਖ ਨੂੰ ਪ੍ਰਾਪਤ ਕਰਨਾ ਸੀ ਜਿਹਦੇ ਲਈ ਅਸੀਂ ਆਏ ਸਾਂ। ਉਹ ਸਮਾਂ ਉਹ ਘੜੀ ਸਾਨੂੰ ਮਿਲ ਜਾਂਦੀ ਕਿ ਜਿਸ ਵੇਲੇ ਅਸੀਂ ਵਾਸ਼ਨਾ ਰਹਿਤ ਹੋ ਕੇ ਉਸ ਪਰਮਾਤਮਾ ਦੀ ਸਿਫਤ ਵਿੱਚ ਜੁੜ ਜਾਂਦੇ। ਤਰੀਏ ਗੋਰ ਵਿਚਾਰ ਤਰੀਏ